ਤੇ ਦੋਸਤੋ ਗਾਜ਼ੀ ਟਰੈਕਟਰ ਜਿਹਦੇ ਬਾਰੇ ਤੁਸੀਂ ਮੇਰੇ YouTube ਤੇ Facebook ਪੇਜ ਤੇ ਵੀਡੀਓ ਵੀ ਵੇਖੀਆਂ ਹੋਣਗੀਆਂ। ਆਪਾਂ ਮਤਲਬ ਇਹ ਕਾਫੀ ਅਰਸਾ ਤੱਕ ਟਰੈਕਟਰ ਰੱਖਿਆ ਤੇ ਬਹੁਤ ਹੀ ਕਮਾਲ ਦੀ ਪਰਫਾਰਮੈਂਸ ਦਿੰਦਾ ਹੈ, ਡੀਜ਼ਲ ਦੀ ਜਿਹੜਾ ਖਰਚਾ ਬਹੁਤ ਘੱਟ ਹੈ ਤੇ ਨਵਾਂ ਮਾਡਲ ਹੈ। ਇਹ ਨਵੇਂ ਮਾਡਲ ਦੇ ਬਾਰੇ ਇਨਫੋਰਮੇਸ਼ਨ ਲੈਣੀ ਜੀ, ਤੇ ਬਾਈਜਾਨ ਇਸ ਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤਾਂ ਕਿ ਸਾਡੇ ਜਿਹੜੇ ਕਿਸਾਨ ਵੀਰ ਭਰਾ ਨੇ ਉਹ ਇਸ ਦੇ ਬਾਰੇ ਮਜ਼ੀਦ ਜਿਹੜੀ ਹੈ ਮਲੂਮਾਤ ਇਕੱਠੀ ਕਰਨ। ਡਾਕਟਰ ਸਾਹਿਬ ਇੱਕ ਦਫਾ ਫਿਰ ਤੁਹਾਡਾ ਸ਼ੁਕਰੀਆ। ਮੇਰਾ ਨਾਮ ਜੀ ਮੁਹੰਮਦ ਅਕਰਮ ਹੈ, ਮੈਂ ਐਜ਼ ਆ ਏਰੀਆ ਮੈਨੇਜਰ ਔਰ ਐਜ਼ ਆ ਡਿਪਟੀ ਮੈਨੇਜਰ ਅਲਗਾਜ਼ੀ ਟਰੈਕਟਰਸ ਮੇਂ ਕੰਮ ਕਰ ਰਹਾ ਹੂੰ। ਇਸ ਟਾਈਮ ਮੈਂ ਦੋ ਰੀਜਨ ਦੇਖ ਰਹਾ ਹੂੰ, ਸਹੀਵਾਲ ਡਿਵੀਜ਼ਨ ਕੋ ਦੇਖਤਾ ਹੂੰ, ਸਗੋਧਾ ਡਿਵੀਜ਼ਨ ਕੋ ਦੇਖਤਾ ਹੂੰ। ਤੋ ਅੱਜ ਜੋ ਹੈ ਹਮ ਅਭੀ ਗਾਜ਼ੀ ਕਾ ਰਿਵਿਊ ਕਰੇਂਗੇ। ਤੋ ਗਾਜ਼ੀ ਹਮ ਫਰੰਟ ਸੇ ਸ਼ੁਰੂ ਕਰਤੇ ਹੈ ਜੀ। ਗਾਜ਼ੀ ਜਬ ਫਰੰਟ ਸੇ ਆਪ ਆਏ ਤੋ ਆਪਕੋ ਇੱਕ ਖੂਬਸੂਰਤ ਸੀ ਫਰੰਟ ਗ੍ਰਿਲ ਮਿਲ ਜਾਤੀ ਹੈ, ਇੱਕ ਪ੍ਰਾਪਤ ਦੋ ਹੈਡਲਾਈਟਸ ਆਪਕੇ ਪਾਸ ਅਵੇਲੇਬਲ ਹੈ ਜੋ ਕਿ ਡਿਜ਼ਾਈਨ ਕੀ ਗਈ ਹੈ ਰੋਡ ਕੇ ਮੁਤਾਬਿਕ ਔਰ ਐਗਰੀਕਲਚਰ ਆਪਰੇਸ਼ਨਸ ਕੇ ਮੁਤਾਬਿਕ। ਉਸਕੇ ਬਾਅਦ ਆਪ ਆਏ ਤੋ ਫਰੰਟ ਐਕਸਲ ਇਸਕਾ ਆ ਜਾਤਾ ਹੈ, ਜੋ ਫਰੰਟ ਐਕਸਲ ਇਸਕਾ ਯੇ ਟੈਲੀਸਕੋਪਿਕ ਹੈ, ਇਹ ਸਾਰਾ ਟੈਲੀਸਕੋਪਿਕ ਹੈ ਔਰ ਇਸਮੇ ਖਾਸੀਅਤ ਹੈ ਕਿ ਅਗਰ ਆਪ ਸਪਿੰਡਲ ਚੇਂਜ ਕਰੇਂ ਤੋ ਇਹ ਟਰੈਕਟਰ ਉੱਪਰ ਹੋ ਜਾਤਾ ਹੈ, ਹਾਈ ਕਲੈਂਡਸ ਟਰੈਕਟਰ ਹੋ ਜਾਤਾ ਹੈ, ਇਹ ਪੂਰਾ ਪੂਰਾ ਉੱਪਰ ਉੱਠ ਜਾਤਾ ਹੈ। ਹਮ ਟਿਊਬਸ ਕੋ ਐਸੇ ਇਨਵਰਟ ਕਰਤੇ ਹੈ ਔਰ ਨਏ ਸਪਿੰਡਲ ਲਗਾਤੇ ਹੈ ਔਰ ਟਰੈਕਟਰ ਉੱਪਰ ਖੜਾ ਹੋ ਜਾਤਾ ਹੈ। ਤੋ ਜੋ ਕਿ ਇੱਕ ਬਹੁਤ ਬੜਾ ਇੱਕ ਪੁਆਇੰਟ ਹੈ ਅਲਗਾਜ਼ੀ ਟਰੈਕਟਰਸ ਕਾ ਤਮਾਮ ਮਾਡਲਸ ਮੇਂ, ਆਪ ਕਾਟਨ ਪੇ, ਆਪ ਸ਼ੂਗਰ ਕੇਨ ਪੇ, ਆਪ ਪੋਟੈਟੋ ਪੇ, ਅਗਰ ਆਪਣੇ ਸਪਰੇਇੰਗ ਕਰਨੀ ਹੈ, ਅਗਰ ਆਪਣੇ ਮਕੈਨੀਕਲ ਹੋਇੰਗ ਕਰਨੀ ਹੈ ਯਾਨੀ ਕਿ ਆਪਣੇ ਜੜੀ ਬੂਟੀ ਕੋ ਸਫਾਇਆ ਕਰਨਾ ਮਕੈਨੀਕਲੀ ਤੋ ਇਹ ਟਰੈਕਟਰ ਸੂਟੇਬਲ ਹੈ ਆਪਕੇ ਲਈ, ਹੈ ਨਾ। ਇਹ 65 HP ਹੈ ਔਰ ਇਹ ਕੰਪਨੀ ਕਾ ਫੇਮਸ ਮਾਡਲ ਹੈ। ਟੋਟਲ ਪ੍ਰੋਡਕਸ਼ਨ ਜਿਤਨੀ ਵੀ ਹੋਤੀ ਹੈ 50% ਇਸਕੀ ਸੇਲ ਹੋਤੀ ਹੈ। ਇਸਕੀ ਇੱਕ ਰੀਜ਼ਨ ਹੈ, ਹਮਾਰੇ ਜੋ ਲੈਂਡ ਹੋਲਡਿੰਗ ਹੈ ਪਾਕਿਸਤਾਨ ਮੇਂ ਉਤਨੀ ਅੱਛੀ ਨਹੀਂ ਹੈ, ਜੋ 30 ਏਕੜ ਔਰ 30 ਏਕੜ ਸੇ ਉੱਪਰ ਕੇ ਕਾਸ਼ਤ ਕਰ ਰਹੇ 50 ਏਕੜ ਤੱਕ, ਉਨਕੇ ਲਈ ਗਾਜ਼ੀ ਇੱਕ ਬਹੁਤ ਸੂਟੇਬਲ ਟਰੈਕਟਰ ਹੈ। ਵੋ ਉਸਕੋ ਰੈਂਟ ਪੇ ਚਲਾਏ, ਵੋ ਆਪਣੀ ਜ਼ਮੀਨ ਪੇ ਕੋਈ ਵੀ ਕਾਮ ਕਰੇ, ਵੋ MB ਪਲੋ, ਪ੍ਰਾਇਮਰੀ ਡਿਲੇਜ, ਚੀਜ਼ਲ, ਡਿਸਕ, ਰੂਟਾਵੇਟਰ, ਸਭ ਕੇ ਲਈ ਇਹ ਬਹੁਤ ਅੱਛਾ ਟਰੈਕਟਰ ਹੈ। ਆਪਕੋ ਔਰ ਟਰੈਕਟਰ ਲੈਣ ਦੀ ਜ਼ਰੂਰਤ ਨਹੀਂ ਹੋਗੀ, ਯਹੀ ਇੱਕ ਟਰੈਕਟਰ ਆਪਕਾ ਪੂਰਾ ਕਾ ਪੂਰਾ ਕਾਮ ਕਰੇਗਾ। ਅਬ ਹਮ ਅਗਰ ਇਸਕੇ ਫੀਚਰਸ ਕੇ ਬਾਰੇ ਮੇਂ ਬਾਤ ਕਰੇਂ ਤੋ ਜੋ ਟੈਕਨੋਲੋਜੀ ਹੈ ਉਹ ਤਾਂ ਨਿਊ ਹੋਲੈਂਡ ਕੀ ਹੈ, ਆਪਕੋ ਪਤਾ ਹੈ ਜੈਸੇ ਤਮਾਮ ਟਰੈਕਟਰਸ ਮੇਂ। ਔਰ ਜੋ ਇਸਮੇ ਲੁਬਰੀਕੇਸ਼ਨ ਸਿਸਟਮ ਹੈ ਵੋ 4 ਫੀਟ ਸਿਸਟਮ ਯੂਜ਼ ਕੀਆ ਗਿਆ ਹੈ, ਜੋ ਇਸਮੇ ਇਲੈਕਟ੍ਰੀਕਲ ਸਿਸਟਮ ਹੈ ਵੋ 12 ਵੋਲਟ ਕਾ ਯੂਜ਼ ਕੀਆ ਗਿਆ ਹੈ, ਜੋ ਇਸਕੀ ਅਲਟਰਨੇਟਰ ਹੈ, ਜੋ ਜਨਰੇਟਰ ਹੈ ਵੋ ਇਹ ਦੇਖੇ ਇਹ ਜਨਰੇਟਰ ਲਗਾ ਹੋਇਆ ਹੈ, ਇਹ 12 ਵੋਲਟ ਕਾ ਲਗਾ ਹੋਇਆ ਹੈ, ਇਹ ਇੰਪੋਰਟਡ ਹੈ, ਤੁਰਕੀ ਕਾ ਹੈ, ਇਹ ਸਿੰਗਲ ਐਕਟਿੰਗ ਪਾਵਰ ਸਟੀਅਰਿੰਗ ਹੈ, ਇਹ ਟਰੈਕਟਰ ਹਮਾਰਾ ਪਾਵਰ ਸਟੀਅਰਿੰਗ ਹੈ ਅਲਹਮਦੁਲਿਲਾ। ਆਪ ਇਸਕੋ ਕਮਰਸ਼ੀਅਲ ਪੇ ਚਲਾਏ ਜਾਂ ਕਿਸੀ ਵੀ ਐਗਰੀਕਲਚਰ ਆਪਰੇਸ਼ਨ ਪੇ ਚਲਾਏ ਤੋ ਇਹ ਬਹੁਤ ਅੱਛਾ ਟਰੈਕਟਰ ਹੈ, ਆਪਕਾ ਕਾਮਯਾਬ ਟਰੈਕਟਰ ਹੈ। ਮੈਂ ਅਗਰ ਆਊਂ ਤੋ ਇਹ ਸੈਂਟਰ ਕਾ ਜੋ ਏਰੀਆ ਹੈ ਇਸੇ ਹਮ ਗੇਅਰ ਅਸੈਂਬਲੀ ਕਹਤੇ ਹੈ, ਇਹ ਲੇਟੈਸਟ ਤਰੀਕੇ ਸੇ ਜੋ ਹੈ ਹਮਨੇ ਇਨਕਾ ਤਰੀਕਾ ਅਡਾਪਟ ਕੀਆ ਹੋਇਆ ਹੈ। ਇਸਮੇ ਜੋ ਟ੍ਰਾਂਸਮਿਸ਼ਨ ਹੈ ਵੋ ਕਾਂਸਟੈਂਟ ਮੈਸ਼ ਸਿਸਟਮ ਹੈ, ਜਿਸ ਕੀ ਵਜ੍ਹਾ ਸੇ ਆਪਕੋ ਗੇਅਰ ਲਗਾਨੇ ਮੇਂ ਇਸ਼ੂ ਨਹੀਂ ਆਤਾ। ਜਬ ਆਪਕੋ ਗੇਅਰ ਲਗਾਨੇ ਮੇਂ ਇਸ਼ੂ ਨਹੀਂ ਆਏਗਾ ਤੋ ਇਸ ਸੇ ਆਪਕਾ ਕਿਆ ਹੈ, ਆਪਕਾ ਟਾਈਮ ਬਚ ਜਾਏਗਾ, ਆਪਕਾ ਟਰੈਕਟਰ ਖੜਾ ਨਹੀਂ ਹੋਗਾ ਔਰ ਆਪਰੇਟਰ ਕੋ ਫਟੀਗ ਨਹੀਂ ਆਏਗੀ। ਇਹ ਇੰਸਟਰੂਮੈਂਟ ਕਲਸਟਰ ਹੈ ਆਪਨੇ ਦਿਖਾਇਆ ਹੈ, ਇਹ ਆਪਕੋ ਆਰਸ ਦਿਖਾਤਾ ਹੈ, RPM ਦਿਖਾਤਾ ਹੈ, ਮੁਖਤਲਿਫ ਆਪਕੋ ਅਗਰ ਟਰੈਕਟਰ ਗਰਮ ਹੋ ਵੋ ਦਿਖਾਤਾ ਹੈ, ਟਰੈਕਟਰ ਕੀ ਕੂਲਿੰਗ ਦਿਖਾਤਾ ਹੈ। ਇਹ ਦੇਖੇ ਇਹ ਜੋ ਹੈ ਨਾ ਇਹ ਸਾਰਾ ਹਮ ਇਸੇ ਕਹਤੇ ਹੈ ਇੰਸਟਰੂਮੈਂਟ ਕਲਸਟਰ, ਆਪਕੋ ਇਹ ਬਤਾਤਾ ਹੈ ਕਿ ਆਪਕਾ ਟਰੈਕਟਰ ਕਿਤਨਾ ਗਰਮ ਹੈ, ਇਹ ਆਪਕੋ ਬਤਾਤਾ ਹੈ ਕਿ ਆਪਕੇ ਟਰੈਕਟਰ ਮੇਂ ਫਿਊਲ ਕਿਤਨਾ ਹੈ, ਇਹ ਆਪਕੋ RPM ਬਤਾਤਾ ਹੈ ਕਿਤਨੇ RPM ਪੇ ਆਪਨੇ ਟਰੈਕਟਰ ਕੋ ਚਲਾਨਾ ਹੈ, ਔਰ ਇਹ ਆਰਸ ਬਤਾਤਾ ਹੈ ਕਿ ਕਿਤਨੇ ਆਰਸ ਆਪਕਾ ਟਰੈਕਟਰ ਚਲਾ ਹੋਇਆ ਹੈ, ਕਿਤਨੇ ਘੰਟੇ, ਹਾਂ ਕਿਤਨੇ ਘੰਟੇ। ਜੋ ਹਮ ਅਲਗਾਜ਼ੀ ਟਰੈਕਟਰਸ ਕੀ ਜੋ ਰਿਕਮੈਂਡੇਸ਼ਨਸ ਹੈ, ਇਸਕੋ ਹਮ ਕਹਤੇ ਹੈ ਕਿ ਆਪ ਜਬ ਟਰੈਕਟਰ ਲੈ ਕੇ ਆਏ ਤੋ ਮੈਕਸੀਮਮ RPM ਪੇ ਚਲਾਏ, ਤਾਂ ਕਿ ਜੋ ਵੀ ਇਸ ਤੇ ਤੋੜਨਾ ਹੈ, ਖਰਾਬ ਕਰਨਾ ਹੈ, ਕਲੇਮ ਲਾਨਾ ਹੈ ਤੋ ਵੋ
ਇਨੀਸ਼ੀਅਲ ਅਰਥ ਵੀ ਆਪਣੇ ਪਾਸ ਹੋ ਜਾਣਾ ਚਾਹੀਏ। ਭਾਈ ਜਾਨ ਥੋੜੀ ਜਿਹੀ ਨਾ ਪੰਜਾਬੀ ਇਸਤੇਮਾਲ ਕਰੋ ਤਾਂ ਕਿ ਸਾਡੇ ਕਿਸਾਨਾਂ ਨੂੰ ਜ਼ਿਆਦਾ ਸਮਝ ਆ ਜਾਵੇ। ਓਕੇ 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 ਓਕੇ। ਅੱਛਾ ਤੁਹਾਨੂੰ ਜੀ ਅਲਗਾਜ਼ੀ ਅੱਛੇ ਇੰਡੀਕੇਟਰ ਦਿੰਦਾ ਹੈ, ਅੱਛੇ ਫੈਂਡਰ ਦਿੰਦਾ ਹੈ। ਅਗਰ ਕਿਸੇ ਆਪਰੇਟਰ ਨੇ ਨਾਲ ਬੈਠਣਾ ਹੈ ਤਾਂ ਉਹਦੀ ਸੇਫਟੀ ਵਾਸਤੇ ਕੰਪਨੀ ਨੇ ਵੇਖੋ ਇੱਕ ਪੂਰਾ ਹੈਂਡਲ ਦਿੱਤਾ ਹੋਇਆ ਵਾ, ਇਹਨੂੰ ਤੁਸੀਂ ਪਕੜ ਕੇ ਬੈਠ ਸਕਦੇ ਹੋ ਆਰਾਮ ਨਾਲ। ਉਹਦੇ ਬਾਅਦ ਤੁਸੀਂ ਟਾਇਰ ਤੇ ਆ ਜਾਓ, ਆ ਟਾਇਰ ਤੇ ਵੇਖੋ 14-9-28 ਦਾ ਟਾਇਰ ਦਿੱਤਾ ਗਿਆ ਹੈ ਕੰਪਨੀ ਨੇ ਜਨਾਬ। ਟਾਇਰਾਂ ਦੀ ਬੜੀ ਅਹਿਮੀਅਤ ਹੈ ਜੀ ਟਰੈਕਟਰ 'ਚ, ਕਿਉਂਕਿ ਜਿੰਨੇ ਵੀ ਟਰੈਕਸ਼ਨ ਹੈ, ਟਰੈਕਟਰ ਬੇਸਿਕਲੀ ਆਇਆ ਅਟਰੈਕਸ਼ਨ ਤੋਂ ਕਿ ਕਿੰਨੀ ਮੂਵਮੈਂਟ ਹੈ ਇਹਦੇ ਵਿੱਚ ਨਾ, ਇਹ ਟਰੈਕਸ਼ਨ ਇਸ ਟਾਇਰਾਂ ਤੋਂ ਪੈਦਾ ਹੁੰਦੀ ਹੈ। ਜਿੰਨਾ ਅੱਛਾ ਟਾਇਰ ਹੋਏਗਾ, ਮੋਟੀ ਗੁੱਡੀ ਵਾਲਾ, ਇਹਦੀ ਵਿਡਥ ਜਿੰਨੀ ਅੱਛੀ ਹੋਏਗੀ ਉਨਾ ਟਾਇਰ ਅੱਛਾ ਆਏਗਾ। ਇਹਦਾ ਕੰਪੈਕਟ ਏਰੀਆ ਜ਼ਿਆਦਾ ਹੋਏਗਾ, ਇਹ ਜ਼ਮੀਨ ਦੇ ਉੱਤੇ ਜ਼ਿਆਦਾ ਕੰਪੈਕਟ ਕਰੇਗਾ, ਸਲਿਪ ਘੱਟ ਮਾਰੇਗਾ। ਉਹਦੇ ਬਾਅਦ ਅਸੀਂ ਪਿਛਲੇ ਹਿੱਸੇ 'ਤੇ ਆ ਜਾਂਦੇ ਹਾਂ ਜਨਾਬ, ਅਤੇ ਤੁਸੀਂ ਪਿਛਲਾ ਹਿੱਸਾ ਵੇਖਿਆ ਹੈ ਕਿ ਜਿਹਦੀ 3-point ਲਿੰਕੇਜ ਜਨਾਬ, ਆਹ 2 ਲਿੰਕਾਂ ਨੇ, ਆਹ ਟਾਪ ਲਿੰਕ ਹੋ ਗਈ। ਤੁਸੀਂ ਜਦੋਂ ਵੀ ਇੰਪਲੀਮੈਂਟ ਸੈੱਟ ਕਰਨਾ, ਪਹਿਲੇ ਲੈਫਟ ਲਿੰਕ ਲਾਉਣੀ ਆ, ਫਿਰ ਰਾਈਟ ਲਿੰਕ ਲਾਉਣੀ ਆ। ਇਹਦਾ ਫਾਇਦਾ ਇਹ ਹੈ ਕਿ ਰਾਈਟ ਲਿੰਕ ਦੇ ਉੱਤੇ ਇਹ ਅਸੀਂ ਇਹਨੂੰ ਐਡਜਸਟ ਕਰ ਸਕਦੇ ਹਾਂ, ਫਿਰ ਤੁਸੀਂ ਟਾਪ ਲਿੰਕ ਲਾਉਣੀ ਆ। ਅੱਛਾ ਜਦੋਂ ਵੀ ਤੁਸੀਂ ਇੰਪਲੀਮੈਂਟ ਲਾਉਣਾ, ਇਹਨੂੰ ਫੁੱਲ ਕੱਸਣਾ ਹੈ, ਫੁੱਲ ਕੱਸਣਾ ਇਹਨੂੰ। ਸਾਡੇ ਆਪਰੇਟਰ ਕੀ ਕਰਦੇ ਨੇ, ਇਹਨੂੰ ਢਿੱਲਾ ਰੱਖਦੇ ਨੇ, ਉਹਨਾਂ ਨੇ ਟਰਨਿੰਗ ਕਰਨੀ ਹੁੰਦੀ ਹੈ, ਟਰਨਿੰਗ ਕਰਨੀ ਹੁੰਦੀ ਹੈ। ਜਦਕਿ ਅਸੀਂ ਕਹਿੰਦੇ ਕਿ ਟਰਨਿੰਗ ਤੁਸੀਂ ਨਾ ਕਰੋ, ਤੁਸੀਂ ਟਰਨਿੰਗ ਵਾਲੇ ਜਿਹੜੇ ਪੁਆਇੰਟ ਨੇ ਅਲਹਿਦਾ ਹੱਲ ਚਲਾਓ, ਅਲਹਿਦਾ ਕੰਮ ਕਰੋ, ਆਪਣਾ ਟਾਈਮ ਬਚਾਓ, ਆਪਣਾ ਵਕਤ ਬਚਾਓ। ਅੱਛਾ ਜਿਸ ਤਰੀਕੇ ਅਸੀਂ ਹੱਲ ਦਾ ਇਸਤੇਮਾਲ, ਨਹੀਂ ਗਲਤ ਕਰਦੇ ਹੋ ਤੁਸੀਂ, ਅਗਰ ਅਸੀਂ ਇਹ ਨਾ ਮਤਲਬ ਥੋੜੇ ਡਿਲੇ ਕਰੀਏ ਤੇ ਮੋੜ ਨਹੀਂ ਕੱਟਦੇ, ਉਹ ਨਾ ਕੱਟੋ ਤੁਸੀਂ ਮੋੜ, ਤੁਸੀਂ ਹੈਡ, ਅਸੀਂ ਕਹਿੰਦੇ ਆ ਹੈਡ ਪਾਥਸ, ਜਿੰਨੇ ਵੀ ਹੈਡ ਪਾਥਸ ਨੇ ਉਹ ਤੁਸੀਂ ਬਾਅਦ ਵਿੱਚ ਪਲੋ ਕਰਨੇ ਹੁੰਦੇ ਨੇ, ਪਹਿਲੇ ਤੁਸੀਂ ਪਲੋ ਨਹੀਂ ਕਰਨੇ ਹੁੰਦੇ। ਜਿੰਨੇ ਵੀ ਹੈਡ ਪਾਸ ਨੇ ਤੁਸੀਂ ਵੇਖਿਆ ਹੋਗਾ, ਜਦੋਂ ਤੁਸੀਂ ਡ੍ਰਿਲ ਕਰਦੇ ਹੋ ਨਾ, ਤੁਸੀਂ ਜਿਹਦੀ ਡ੍ਰਿਲ ਬਾਅਦ ਕਰਦੇ ਹੋ ਬਾਕੀ ਡ੍ਰਿਲ, ਯੈਸ ਬਿਲਕੁਲ, ਉਹ ਤਰੀਕਾ ਅਡਾਪਟ ਹੋਣਾ ਚਾਹੀਦਾ ਵਾ ਹੱਲਾਂ ਦੇ ਵਿੱਚ। ਇਹ ਹੈਡ ਪਾਸ ਤੁਸੀਂ ਦੁਬਾਰਾ ਕਰਨੇ ਹੁੰਦੇ ਨੇ, ਇਸ ਤੋਂ ਇਹ ਟਾਇਟ ਰੱਖੋ, ਫਿਰ ਇਹਨਾਂ ਮਸਲਾ ਕੋਈ ਨਹੀਂ ਆਉਂਦਾ, ਇਹ ਨਾ ਕੋਈ ਚੀਜ਼ ਟੁੱਟਦਾ, ਇਹ ਨਾ ਭੱਜਦਾ ਵਾ, ਇੰਨੀ ਕੋਈ ਚੀਜ਼, ਇਹਦਾ ਇੱਕ ਫਾਇਦਾ ਵਾ। ਉਹਦੇ ਬਾਅਦ ਇਹਦੀ ਜਨਾਬ ਆਹ ਰਿਡਕਸ਼ਨ ਆ, ਆਹ ਹੱਬ ਰਿਡਕਸ਼ਨ ਆ, ਇਹਦੀ ਵਜ੍ਹਾ ਤੋਂ ਇਹਦਾ ਟਾਰਕ ਬਹੁਤ ਜ਼ਿਆਦਾ ਵਾ, ਅਸੀਂ ਇਹਨੂੰ ਕਹਿੰਦੇ ਹੱਬ ਰਿਡਕਸ਼ਨ ਨਾ। ਇਸ ਟਰੈਕਟਰ 'ਚ ਇਹਦੀ ਖਿਚਾਈ ਅਤੇ ਇਹਦੀ ਤਾਕਤ ਦੀ ਇੱਕ ਮੇਨ ਰੀਜ਼ਨ ਇਹੀ ਹੈ ਕਿ ਇਹਦੇ ਵਿੱਚ ਹੱਬ ਰਿਡਕਸ਼ਨ ਲੱਗੀ ਹੋਈ ਆ। ਤੁਹਾਨੂੰ ਪਹਿਲੇ ਮੈਂ ਉਹ ਲੱਕੜ ਦਾ ਡੈਮੋ ਵਿਖਾਇਆ ਵਾ, ਕਹਿੰਦੇ ਦੁਬਾਰਾ ਵਿਖਾ ਦਿੰਦਾ ਵਾ ਡੈਮੋ ਵਿੱਚ ਤੁਹਾਨੂੰ ਮੈਂ ਵਿਖਾ ਦਿਓ। ਹਾਂਜੀ ਮੈਂ ਇੱਕ ਮਿੰਟ ਉਹ ਲੈ ਕੇ ਆਵਾਂ ਜਰਾ। ਤੇ ਅਕਰਮ ਭਾਈ ਡੰਡਾ ਲੈ ਕੇ ਆ ਗਏ ਨੇ, ਤੇ ਡੰਡੇ ਦਾ ਜਿਹੜਾ ਮਕਸਦ ਹੈ ਵੀ ਬਾਸ ਕੰਪਨੀਆਂ ਦੇ ਟਰੈਕਟਰ ਜਿਹੜੇ ਨੇ ਖੜੇ ਹੋ ਜਾਂਦੇ ਨੇ, ਤੇ ਇਹ ਜਿਹੜਾ ਗਾਜ਼ੀ ਟਰੈਕਟਰ ਜਾਂ ਦੂਸਰਾ 480 ਇਹ ਖੜਾ ਕਿਉਂ ਨਹੀਂ ਹੁੰਦਾ, ਇਹ ਡੰਡੇ ਦੇ ਮੁਤਾਬਕ ਦੱਸਣਗੇ। ਅੱਛਾ ਜੀ, ਕੰਪਨੀ ਕਲੇਮ ਕਰਦੀ ਹੈ ਵਟੂ ਸਭ ਕਿ ਇਹ ਐਂਟੀ ਲਿਫਟਿੰਗ ਟਰੈਕਟਰ ਨੇ, ਇਹ ਅੱਗੇ ਤੋਂ ਚੱਕਦੇ ਨਹੀਂ ਹੈ ਨੇ, ਉਹਦੀ ਵਜ੍ਹਾ ਹੈ ਗਾਟਰ ਉਠਿੰਦੇ ਨੇ, ਉਹਦੀ ਵਜ੍ਹਾ ਇਹਦਾ ਸੈਂਟਰ ਪੁਆਇੰਟ ਦੀ ਵਜ੍ਹਾ ਹੈ। ਮੈਂ ਤੁਹਾਨੂੰ ਡੈਮੋ ਵੀ ਖਾਣਾ ਵਾਂ, ਆ ਵੇਖੋ ਇਹ ਲੱਕੜਾ ਇਹਦਾ ਸੈਂਟਰ ਪੁਆਇੰਟ ਹੈ ਇੱਥੇ, ਮੈਂ ਇਹਨੂੰ ਚੱਕਦਾ ਵਾਂ, ਤੁਸੀਂ ਛੱਡ ਦਿਓ, ਮੈਂ ਇਹਨੂੰ ਚੱਕਦਾ ਵਾ, ਇਹ ਨਹੀਂ ਚੱਕਿਆ ਜਾਂਦਾ, ਆ ਵੇਖੋ ਨਹੀਂ ਚੱਕਿਆ ਜਾਂਦਾ। ਇਹ ਜੂ ਹੀ ਇਹਦਾ ਸੈਂਟਰ ਪੁਆਇੰਟ ਪਿੱਛੇ ਆਏਗਾ, ਬਾਕੀ ਜਿਸ ਦਾ ਟਰੈਕਟਰਾਂ ਦਾ ਹੈ ਉਹ ਪਿੱਛੇ ਹੈ ਸੈਂਟਰ ਪੁਆਇੰਟ, ਆ ਵੇਖੋ ਆਰਾਮ ਨਾਲ ਚੱਕਿਆ ਗਿਆ ਵਾ। ਯਾਨੀ ਕਿ ਇਹਦਾ ਮਤਲਬ ਇਹ ਹੈ ਕਿ ਇਹਦੀ ਜਿਹੜੀ ਅੱਗੇ ਤੋਂ ਕੈਪੈਸਿਟੀ ਉੱਠਣ ਦੀ ਉਹ ਬਹੁਤ ਘੱਟ ਹੈ, ਇਹ ਨਹੀਂ ਉੱਠੇਗਾ, ਬਾਕੀ ਟਰੈਕਟਰ ਅੱਗੇ ਤੋਂ ਉੱਠ ਜਾਏਗਾ। ਇਹਦੇ ਸੈਂਟਰ ਪੁਆਇੰਟ ਨੂੰ ਬੇਸਿਕਲੀ ਮੈਂ ਡਿਫਾਈਨ ਕੀਤਾ ਵਾ ਤੁਹਾਨੂੰ। ਬਹੁਤ ਵਧੀਆ ਹੋ ਗਿਆ, ਚਲੋ ਅੱਜ ਇਹ ਵੀ ਸਮਝ ਆ ਗਈ ਵੀ ਅਕੂ ਚੁੱਕਿਆ ਕਿਉਂ ਨਹੀਂ ਜਾਂਦਾ। ਹਾਂਜੀ ਹਾਂਜੀ, ਤੁਸੀਂ ਬੈਕ ਤੇ ਆ ਜਾਓ, ਬੈਕ ਤੇ ਤੁਹਾਨੂੰ ਫਿਰ ਇੰਡੀਕੇਟਰ ਦਿੰਦੀ ਹੈ ਕੰਪਨੀ ਜਨਾਬ, ਕੰਪਨੀ ਫਿਰ ਤੁਹਾਨੂੰ ਬਹੁਤ ਅੱਛੀ ਇੱਕ ਹੈਡਲਾਈਟ ਦਿੰਦੀ ਹੈ, ਹੈਲੋਜਨ ਹੈਡਲਾਈਟ ਹੈ। ਅਗਰ ਤੁਸੀਂ ਬੈਕ ਦਾ ਕੋਈ ਕੰਮ ਚੈੱਕ ਕਰਨਾ ਵਾ, ਤੁਸੀਂ ਉਹ ਹੈਡਲਾਈਟ ਯੂਜ਼ ਕਰਕੇ ਤੁਸੀਂ ਕੰਮ ਚੈੱਕ ਕਰ ਸਕਦੇ ਹੋ। ਤੇ ਕੰਪਨੀ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਨੂੰ ਅੱਛਾ ਟਰੈਕਟਰ ਪ੍ਰੋਵਾਈਡ ਕੀਤਾ ਜਾਏ ਜਿਹੜਾ ਕਿ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰੇ। ਜ਼ਬਰਦਸਤ। ਤੇ ਭਾਈ ਜਾਨ ਇਹ ਮੈਨੂੰ ਦੱਸੋ ਵੀ ਗਾਜ਼ੀ ਟਰੈਕਟਰ ਦਾ ਵਜ਼ਨ ਕਿੰਨਾ ਹੈਗਾ? ਸਰ ਇਸ ਟਾਈਮ ਗਾਜ਼ੀ ਦਾ ਜਿਹੜਾ ਵਜ਼ਨ ਹੈ ਉਹ 1785 ਕੇਜੀ, 1785 ਕੇਜੀ, ਯਾਨੀ ਕਿ 1000 ਇੱਕ ਟਨ ਹੁੰਦਾ ਵਾ, 1000 ਕੇਜੀ ਇੱਕ ਟਨ ਹੁੰਦਾ ਵਾ, ਤੇ ਇਹਦਾ ਵਜ਼ਨ ਟੋਟਲ 1785 ਕੇਜੀ ਹੈ ਜੀ। ਇਹਦਾ ਫਾਇਦਾ ਇਹ ਹੈ ਕਿ ਇਹ ਜ਼ਮੀਨ ਨੂੰ ਕੰਪੈਕਟ ਨਹੀਂ ਕਰਦਾ,
ਜ਼ਮੀਨ ਨੂੰ ਕੰਪੈਕਟ ਨਹੀਂ ਕਰਦਾ। ਜਿੰਨਾ ਹੈਵੀ ਟਰੈਕਟਰ ਹੋਏਗਾ ਉਹ ਜ਼ਮੀਨ ਨੂੰ ਕੰਪੈਕਟ ਕਰੇਗਾ, ਜਦੋਂ ਜ਼ਮੀਨ ਕੰਪੈਕਟ ਹੋਏਗੀ ਉਹ ਜੜ੍ਹਾਂ ਪੈਨੀਟ੍ਰੇਟ ਨਹੀਂ ਕਰਦੀਆਂ ਨੇ ਜ਼ਮੀਨ ਦੇ ਵਿੱਚ, ਜਿਹਦੀ ਵਿੱਚ ਜਦੋਂ ਤੁਹਾਡੀ ਯੀਲਡ ਦਾ ਇੰਪੈਕਟ ਪੈਂਦਾ ਵਾ। ਬਹੁਤ ਸ਼ੁਕਰੀਆ ਬਾਈ ਜਾਨ, ਇੱਕ ਦੋ ਚੀਜ਼ਾਂ ਮੈਨੂੰ ਯਾਦ ਆ ਗਈਆਂ ਨੇ, ਉਹ ਵੀ ਤੁਹਾਡੇ ਕੋਲੋਂ ਮੈਂ ਪੁੱਛ ਲਵਾਂ ਲੱਗਦੇ ਵਾਸਤੇ। ਇਹ ਮੈਨੂੰ ਦੱਸੋ ਵੀ ਥ੍ਰੈਸ਼ਰ 'ਤੇ ਇਸਦੀ ਕਿਸ ਤਰ੍ਹਾਂ ਦੀ ਪਰਫਾਰਮੈਂਸ ਹੈ ਅਤੇ ਡੀਜ਼ਲ ਦੀ ਕੀ ਐਵਰੇਜ ਹੈ? ਸਰ ਸਭ ਤੋਂ ਜ਼ਿਆਦਾ ਜਿਹੜੀ ਗੰਦਮ ਦੀ ਪੈਦਾਵਾਰ ਹੈ ਉਹ ਸਾਊਥ ਪੰਜਾਬ ਅਤੇ ਸਿੰਧ ਵਿੱਚ ਜ਼ਿਆਦਾ ਹੈ ਜੀ। ਦੀਪਾਲਪੁਰ ਸਹੀਵਾਲ ਇਹਦੀ ਪੈਦਾਵਾਰ ਘੱਟ ਹੈ, ਅਤੇ ਉੱਤੇ ਸਭ ਤੋਂ ਜ਼ਿਆਦਾ ਲੋਕ ਥ੍ਰੈਸ਼ਰ ਅਤੇ ਗਾਜ਼ੀ ਨੂੰ ਯੂਜ਼ ਕਰਦੇ ਨੇ। ਗਾਜ਼ੀ ਨੂੰ ਕਿੰਝ ਯੂਜ਼ ਕਰਦੇ ਨੇ? ਇੰਨੇ ਉਹ ਮਤਲਬ ਆਪਰੇਟਰ ਉਹ ਨੇ ਕਿ ਚੈੱਕ ਕਰਦੇ ਨੇ ਕਿ ਗਾਜ਼ੀ ਨੂੰ ਅਗਰ ਅਸੀਂ ਗੰਦਮ ਜ਼ਿਆਦਾ ਪਾਈਏ ਤਾਂ ਇਹਨਾਂ ਪਰਫਾਰਮੈਂਸ ਕੀ ਹੋਏਗੀ, ਇਹਨੂੰ ਕੁਛ ਵੀ ਨਹੀਂ ਹੁੰਦਾ ਹੈ। ਤੁਸੀਂ ਜਦੋਂ ਬਫਲਰ ਨੂੰ ਵੇਖੋਗੇ, ਸਲੈਂਸਰ ਨੂੰ ਵੇਖੋਗੇ, ਇਹਦੇ ਤੋਂ ਜਿਹੜਾ ਧੂੰਆਂ ਹੈ ਉਹ ਬਹੁਤ ਘੱਟ ਆਏਗਾ। ਇਹਦੀ ਬਹੁਤ ਅੱਛੀ ਪਰਫਾਰਮੈਂਸ ਹੈ ਜੀ ਥ੍ਰੈਸ਼ਿੰਗ ਦੇ ਉੱਤੇ, ਇਹਦੀ ਬਹੁਤ ਅੱਛੀ ਪਰਫਾਰਮੈਂਸ ਹੈ ਰੂਟਾਵੇਟਰ ਦੇ ਉੱਤੇ, ਇਹਦੀ ਬਹੁਤ ਅੱਛੀ ਪਰਫਾਰਮੈਂਸ ਹੈ। ਅੱਗੇ ਕੱਦੂ ਦਾ ਮੌਸਮ ਆ ਰਿਹਾ, ਰਾਈਸ ਨੂੰ ਪੈਡੀ ਨੂੰ ਕੱਦੂ ਕਰੋ, ਸਭ ਤੋਂ ਉੱਚ ਕੱਦੂ ਜਿਹੜਾ ਹੈ ਉਹ ਰੂਟਾਵੇਟਰ 'ਤੇ ਹੁੰਦਾ, ਰੂਟਾਵੇਟਰ ਲਗਾ ਕੇ ਕੱਦੂ ਕਰੋ, ਤੁਹਾਡਾ ਮੋਇਸਚਰ ਅੱਛਾ ਮੇਨਟੇਨ ਹੋਏਗਾ। ਮੈਂ ਇੱਕ ਬੀਏਗਾ ਫਾਰਮਰ, ਬੀਏਗਾ ਟੈਕਨੀਕਲ ਪਰਸਨ, ਮੈਂ ਤਾਂ ਰਿਕਮੈਂਡ ਕਰਦਾਂਗਾ ਕਿ ਗਾਜ਼ੀ ਨੂੰ ਇਸਤੇਮਾਲ ਕਰਨਾ ਚਾਹੀਦਾ ਵਾ ਪੈਡੀ ਫੀਲਡ 'ਚ ਅਤੇ ਰੂਟਾਵੇਟਰ ਦੇ ਕੰਮ ਦੇ ਉੱਤੇ। ਜਿਸ ਤਰੀਕੇ ਅਕਰਮ ਬਾਈ ਦੱਸ ਰਹੇ ਨੇ ਨਾ ਵੀ ਉਸ ਸਾਈਡ 'ਤੇ ਟਰੈਕਟਰ ਇਸ ਦਾ ਇਸਤੇਮਾਲ ਜ਼ਿਆਦਾ ਹੈ ਗਾਜ਼ੀ ਦਾ, ਛੋਟੇ 480 ਦਾ ਵੀ ਹੈ, 640 ਦਾ ਵੀ ਹੈ, ਸਾਡੇ ਇਲਾਕੇ ਵਿੱਚ ਵੀ ਇਹ ਜਿਹੜੇ ਟਰੈਕਟਰ ਹੈਗੇ ਨੇ ਗਾਜ਼ੀ ਜਾਂ 480 ਜਾਂ 640 ਕਮਾਲ ਦੀ ਥ੍ਰੈਸ਼ਰ ਚਲਾਉਂਦੇ ਨੇ। ਸਾਡੇ ਜਿਹੜੇ ਕਿਸਾਨ ਨੇ ਉਹ ਵੀ ਕਹਿੰਦੇ ਨੇ ਵੀ ਇਹਦਾ ਜਿਹੜਾ ਨਾ ਡੀਜ਼ਲ ਦਾ ਖਰਚਾ ਘੱਟ ਹੈ, ਇਹ ਗਰਮ ਨਹੀਂ ਹੁੰਦਾ। ਗੱਡੂ ਸਾਹਿਬ ਤੁਸੀਂ ਬਜਾ ਫਰਮਾਇਆ, ਤੁਸੀਂ ਰਿਨਾਲਾ ਤਹਿਸੀਲ ਚਲੇ ਜਾਓ, ਤੁਹਾਨੂੰ ਸਾਰਾ ਗਾਜ਼ੀ ਮਿਲੇਗਾ ਉੱਥੇ 80%। ਉੱਥੇ ਜਦੋਂ ਮਤਲਬ ਬੰਦਾ ਜਾਂਦਾ ਹੈ ਕਿ ਯਾਰ ਇਹ ਹੁਣ ਸਾਰਾ ਗਾਜ਼ੀ ਹੋ ਗਿਆ, ਉੱਥੇ ਸਾਰਾ ਤੁਹਾਨੂੰ ਗਾਜ਼ੀ ਮਿਲੇਗਾ। ਉੱਥੇ ਗਾਜ਼ੀ ਨੂੰ ਲੋਕ ਬੜੀ ਪਸੰਦ ਕਰਦੇ ਨੇ ਰਿਨਾਲਾ ਤਹਿਸੀਲ 'ਚ, ਅਤੇ ਸਾਰਾ ਦਾ ਸਾਰਾ ਇਹ ਗਾਜ਼ੀ ਨੂੰ ਹੀ ਚਲਾਉਂਦੇ ਨੇ, ਕਿਉਂਕਿ ਇਹ ਥ੍ਰੈਸ਼ਿੰਗ ਦੇ ਇਲਾਵਾ ਇਹ ਰੋਡ 'ਤੇ ਬਹੁਤ ਅੱਛਾ ਹੈ। ਤੁਹਾਨੂੰ ਜਿਸ ਤਰ੍ਹਾਂ ਮੈਂ ਡੈਮੋ ਦਿੱਤਾ ਨਾ ਸੈਂਟਰ ਪੁਆਇੰਟ ਲਾਈਨ ਦਾ, ਇਹ ਰੋਡ 'ਤੇ ਬਹੁਤ ਅੱਛਾ, ਇਹਦੀ ਸਪੀਡ ਬਹੁਤ ਅੱਛੀ ਹੈ, ਇਹਦੀਆਂ ਬ੍ਰੇਕਾਂ, ਇਹ ਡਿਸਕ ਬ੍ਰੇਕ ਹੈ, ਇਹਨਾਂ ਬ੍ਰੇਕਾਂ ਬਹੁਤ ਅੱਛੀਆਂ ਨੇ, ਇਹ ਬਹੁਤ ਅੱਛਾ ਪਰਫਾਰਮ ਕਰਦਾ ਰੋਡ ਦੇ ਉੱਤੇ ਵੀ। ਅੱਛਾ ਸਰ, ਇਹ ਮੈਨੂੰ ਦੱਸੋ ਇਹਦੀ ਜਿਹੜੀ ਵਾਰੰਟੀ ਹੈ ਜੀ, ਉਹ 12 ਮਹੀਨੇ ਹੈ ਜਾਂ ਕਿੰਨੇ ਮਤਲਬ ਘੰਟੇ ਹੈ? ਜੀ ਅਸੀਂ ਦੋ ਵਾਰੰਟੀਆਂ ਦਿੰਦੇ ਹਾਂ, ਜਾਂ ਤੁਸੀਂ 1200 ਘੰਟੇ ਚਲਾ ਲਓ, ਜਾਂ ਇਹਦੀ ਉਮਰ 14 ਮਹੀਨੇ ਹੋਣੀ ਚਾਹੀਦੀ ਹੈ ਐਜ਼ ਪਰ ਇਨਵਾਈਸ ਡੇਟ। ਠੀਕ ਹੋ ਗਿਆ। ਅਤੇ ਇਹ ਮੈਨੂੰ ਦੱਸੋ ਵੀ ਮੁਖਤਲਿਫ ਕਿਸਾਨ ਜਿਹੜੇ ਦੋਸਤ ਹੈਗੇ ਨੇ ਜਦੋਂ ਟਰੈਕਟਰ ਲੈ ਕੇ ਚਲੇ ਜਾਂਦੇ ਹੈਗੇ ਨੇ ਅਤੇ ਉਹ ਆਪਣੀ ਮਰਜ਼ੀ ਕਰਦੇ ਨੇ ਆਇਲ ਚੇਂਜ ਕਰਨ 'ਤੇ, ਉਹਨਾਂ ਨੂੰ ਆਪਣੀ ਮਰਜ਼ੀ ਕਰਨੀ ਚਾਹੀਦੀ ਹੈ ਜਾਂ ਜੇਕਰ ਮਰਜ਼ੀ ਕਰਦੇ ਨੇ ਤਾਂ ਫਿਰ ਉਹ ਜਿਹੜੀ ਵਾਰੰਟੀ ਆਪਾਂ ਦਿੰਦੇ ਹਾਂ ਉਹਦੇ 'ਤੇ ਮਤਲਬ ਵੀ ਉਹ ਆਪਣੀ ਕਲੇਮ 'ਤੇ ਮੁਤਾਸਰ ਹੋਣਗੇ? ਵੱਡਾ ਸਾਹਿਬ ਇਹ ਬਹੁਤ ਬੜਾ ਅੰਬੀ ਹੈ ਸਾਡੇ ਕਿਸਾਨਾਂ ਦਾ, ਬਹੁਤ ਅੱਛਾ ਤੁਸੀਂ ਟੌਪਿਕ ਚੱਕਿਆ ਵਾ, ਉਹ ਆਪਣੀ ਮਰਜ਼ੀ ਕਰਦੇ ਨੇ। ਅੱਛਾ ਇੰਜਨ ਟੋਟਲ ਟਰੈਕਟਰ ਦੀ ਇੰਜਨ ਜਿਹਦੀ ਵੈਲਿਊ ਹੈ ਇਹ ਅਗਰ 25 ਲੱਖ ਦਾ ਵਾ, 10 ਲੱਖ ਦਾ ਤਾਂ ਇੰਜਨ ਹੈ ਇਹਦਾ, ਹੁਣ ਤੁਸੀਂ 10 ਲੱਖ ਦੇ ਇੰਜਨ ਨੂੰ ਖਰਾਬ ਕਰ ਰਹੇ ਹੋ ਗਲਤ ਚੀਜ਼ਾਂ ਪਾ ਕੇ। ਇਹ ਅਗਰ 50 ਗ੍ਰੇਡ ਜਿਹੜਾ ਹੈ ਨਾ ਇਹ ਬਣਿਆ ਵਾ, ਕੰਪਨੀ ਨੇ ਲਾਇਆ ਵਾ, ਅਤੇ ਇਹ ਟਰੈਕਟਰ ਦਾ ਜਿਹੜਾ ਇੰਜਨ ਹੈ ਉਹਦੀ ਸਪੈਸੀਫਿਕੇਸ਼ਨ ਦੇ ਮੁਤਾਬਿਕ ਤਰਤੀਬ ਦਿੱਤਾ ਵਾ, ਇਹਦੇ ਵਿੱਚ ਜਿਹੜੇ ਅਜਜ਼ਾ ਨੇ ਜਿਹੜੀ ਗ੍ਰੇਡਿੰਗ ਹੈ ਉਹ ਇੰਜਨ ਨੂੰ ਕਿੰਨਾ ਕੂਲ ਰੱਖਣਾ ਹੈ, ਕਿੰਨਾ ਟੈਂਪਰੇਚਰ ਦੇਣਾ ਹੈ, ਇਹ ਡਿਸਾਈਡ ਕਰਦਾ ਵਾ। ਇਹ ਅੱਛਾ ਆਇਲ ਹੋਏਗਾ ਟਰੈਕਟਰ ਅੱਛਾ ਚੱਲੇਗਾ, ਅੱਛਾ ਫਿਲਟਰ ਹੋਏਗਾ ਟਰੈਕਟਰ ਅੱਛਾ ਚੱਲੇਗਾ। ਮੇਰੀ ਲੋਕਾਂ ਨੂੰ ਤੁਹਾਡੇ ਚੈਨਲ ਦੇ ਤਵੱਸਤ ਤੋਂ ਇਹ ਰਿਕੁਐਸਟ ਹੈ ਕਿ ਮਿਹਰਬਾਨੀ ਕਰਕੇ ਤੁਸੀਂ ਜੋ ਵੀ ਬ੍ਰਾਂਡ ਯੂਜ਼ ਕਰਦੇ ਹੋ, ਲੇਕਿਨ ਤੁਸੀਂ ਕੰਪਨੀਜ਼ ਦਾ ਜੈਨੂਅਨ ਫਿਲਟਰ ਅਤੇ ਜੈਨੂਅਨ ਆਇਲ ਯੂਜ਼ ਕਰਿਆ ਕਰੋ, ਇਹਦੇ ਨਾਲ ਟਰੈਕਟਰ ਦੀ ਲਾਈਫ, ਟਰੈਕਟਰ ਦੇ ਇੰਜਨ ਦੀ ਤਾਕਤ ਵੱਧ ਜਾਏਗੀ। ਜਦੋਂ ਟਰੈਕਟਰ ਅਸੀਂ ਖਰੀਦ ਕੇ ਲੈ ਜਾਵਾਂਗੇ, ਇਹ ਕਿੰਨੇ ਘੰਟਿਆਂ ਤੋਂ ਬਾਅਦ ਇੰਜਨ ਦਾ ਆਇਲ ਤੇ ਪਿਛਲੇ ਹਿੱਸੇ ਦਾ ਆਇਲ ਉਹ ਚੇਂਜ ਕਰਨਾ ਹੋਵੇਗਾ? ਸਰ ਪਹਿਲਾਂ ਆਇਲ ਤੁਸੀਂ 40 ਘੰਟੇ ਬਾਅਦ ਚੇਂਜ ਕਰਨਾ ਹੈ। ਪਹਿਲਾਂ 12 ਲੀਟਰ 640 ਯੂਜ਼ ਹੁੰਦਾ ਵਾ, ਇਹ ਗਾਜ਼ੀ ਹੈ ਛੋਟਾ ਟਰੈਕਟਰ ਹੈ, 8 ਲੀਟਰ ਇੰਜਨ 'ਚ ਆਏਗਾ, 18 ਲੀਟਰ ਪਿਛਲੇ ਹਿੱਸੇ 'ਚ ਆਏਗਾ, 2 ਲੀਟਰ ਇਸ ਟਿਊਬ 'ਚ ਹੋਏਗਾ ਅਤੇ 2 ਲੀਟਰ ਉਸ ਟਿਊਬ 'ਚ ਹੋਏਗਾ,
ਤੇ 1 ਲੀਟਰ ਆਇਲ ਕਲੀਨਰ ਵਿੱਚ ਹੋਏਗਾ। ਇਹ ਤੁਸੀਂ ਪਹਿਲੇ 40 ਘੰਟੇ ਬਾਅਦ ਚੇਂਜ ਕਰ ਦੇਣਾ, ਫਿਰ ਇੰਜਨ ਹਰ 100 ਘੰਟੇ ਬਾਅਦ, ਟਰਾਂਸਮਿਸ਼ਨ ਹਰ 400 ਘੰਟੇ ਬਾਅਦ। ਹਰ 400 ਘੰਟੇ ਬਾਅਦ ਜੀ ਸੈਕਿੰਡ। ਮੈਂ ਆਪਣੇ ਵੀਰ ਭਰਾ ਨੂੰ ਦੱਸਦਾ ਚੱਲਾਂ ਵੀ ਸਾਡੇ ਜਿਹੜੇ ਕਿਸਾਨ ਵੀਰ ਭਰਾ ਹੈਗੇ ਨਾ, ਉਹ 2-2, 4-4 ਸਾਲ ਬਾਅਦ ਵੀ ਪਿਛਲੇ ਹਿੱਸੇ ਦਾ ਆਇਲ ਚੇਂਜ ਨਹੀਂ ਕਰਦੇ ਹੈਗੇ, ਉਹਦੇ ਬਾਰੇ ਵੀ ਦੱਸ ਦਿਓ ਵੀ ਨੁਕਸਾਨ ਕੀ ਹੋਵੇਗਾ। ਸਰ ਇਹਦੀ ਰੀਜ਼ਨ ਹੈਗਾ, ਅਸੀਂ ਪਹਿਲਾਂ ਕਿਉਂ ਕਹਿੰਦੇ 40 ਘੰਟਾ, ਟਰੈਕਟਰ ਤਾਂ ਨਵਾਂ, ਜਦੋਂ ਟਰੈਕਟਰ ਨਵਾਂ ਹੁੰਦਾ ਹੈ ਇਹਦੀ ਅੰਦਰ ਟਰੈਕਟਰ ਮੈਨੂਫੈਕਚਰਿੰਗ ਦੇ ਦੌਰਾਨ ਕੋਈ ਪੱਥਰ ਚਲਾ ਜਾਂਦਾ ਹੈ, ਕੋਈ ਮਾਦਾ ਚਲਾ ਜਾਂਦਾ ਹੈ, ਕੋਈ ਸ਼ੀਟ ਮੈਟਲ ਚਲੀ ਜਾਂਦੀ ਹੈ, ਕੋਈ ਗੰਦ ਚਲਾ ਜਾਂਦਾ ਹੈ, ਉਹ ਖਰਾਬ ਕਰਦਾ ਪਰਫਾਰਮੈਂਸ ਨੂੰ। ਤੇ ਇਹਦੀ ਵਜ੍ਹਾ ਤੋਂ ਜਦੋਂ ਕਚਰਾ ਪਹਿਲਾਂ ਪੈਦਾ ਹੁੰਦਾ ਵਾ, ਅਸੀਂ ਕਹਿੰਦੇ ਹਾਂ ਕਿ ਉਹਨੂੰ 40 ਘੰਟੇ ਦੇ ਬਾਅਦ ਚੇਂਜ ਹੋਣਾ ਚਾਹੀਦਾ ਵਾ, 40 ਘੰਟੇ ਬਾਅਦ ਕਚਰਾ ਨਹੀਂ ਬਣਦਾ। ਉਹਨਾਂ ਦਾ ਫਾਇਦਾ ਹੁੰਦਾ ਹੈ ਕਿ ਜਦੋਂ ਤੁਸੀਂ ਪਹਿਲਾਂ ਆਇਲ ਚੇਂਜ ਕਰ ਦੋਗੇ, ਇਹਨੂੰ ਪਿਛਲੇ ਹਿੱਸੇ ਦਾ ਮਸਲਾ ਨਹੀਂ ਆਏਗਾ। ਤੇ ਦੋਸਤੋ, ਆਇਲ ਜਿਹੜਾ ਕੰਪਨੀ ਦੇ ਕਹਿਣ ਤੇ ਬਦਲਾ ਕਰੋ, ਤਾਂ ਕਿ ਤੁਹਾਨੂੰ ਕੱਲ੍ਹ ਖੁਦਾ ਨਾ ਖਾਸਤਾ ਕੋਈ ਪ੍ਰੋਬਲਮ ਆਵੇ ਤੇ ਤੁਹਾਡਾ ਮਸਲਾ ਹੱਲ ਕੀਤਾ ਜਾ ਸਕੇ ਗਰੰਟੀ ਦੇ ਨਾਲ। ਤੇ ਮੈਨੂੰ ਬਾਈਆਂ ਨੇ ਇਹ ਵੀ ਦੱਸੋ, ਜਿਹੜਾ ਬਾਗ ਹੈ ਉਹਦੇ ਵਾਸਤੇ ਤੇ ਜਦੋਂ ਆਪਾਂ ਕਪਾਸ ਨੂੰ ਸਪਰੇਅ ਕਰਨੇ, ਇਹਦੇ ਵਿੱਚ ਫੀਚਰ ਹੈਗਾ ਵੀ ਉੱਚਾ ਹੋ ਜਾਂਦਾ ਹੈ ਜਿਹਦੇ ਨਾਲ ਕਪਾਸ ਦੀਆਂ ਟਾਹਣੀਆਂ ਟੁੱਟਦੀਆਂ ਨਹੀਂ ਹੈਗੀਆਂ, ਉਹ ਜ਼ਰਾ ਤਫਸੀਲ ਨਾਲ ਸਾਡੇ ਦੋਸਤਾਂ ਨੂੰ ਦੱਸੋ। ਬਿਲਕੁਲ ਸਰ, ਇਹ ਅਲਗਾਜ਼ੀ ਟਰੈਕਟਰਸ ਦੇ ਤਮਾਮ ਮਾਡਲ ਦਾ ਇੱਕ ਫੀਚਰਸ ਹੈ, ਇੱਕ ਪਲੱਸ ਪੁਆਇੰਟ ਹੈ ਕਿ ਇਹ ਆਪਣੀ ਪੋਜੀਸ਼ਨ ਤੋਂ ਉੱਚਾ ਹੋ ਜਾਂਦਾ ਹੈ, ਆਪਣੀ ਪੋਜੀਸ਼ਨ ਤੋਂ ਉੱਚਾ ਹੋ ਜਾਂਦਾ ਹੈ। ਉਹਦੇ ਦੋ ਚੀਜ਼ਾਂ ਤੁਹਾਨੂੰ ਕਰਨੀਆਂ ਪੈਂਦੀਆਂ ਨੇ, ਤੁਹਾਨੂੰ ਸਪਿੰਡਲ ਚੇਂਜ ਕਰਨੇ ਪੈਂਦੇ ਨੇ। ਸਪਿੰਡਲ ਦੇ ਬਾਅਦ ਇਹ ਜਿਹੜੀ ਟਿਊਬ ਹੈ ਪਿਛਲੀ, ਇਹਨੂੰ ਤੁਸੀਂ ਇਨਵਰਟ ਕਰਦੇ ਹੋ, ਇਹਨੂੰ ਤੁਸੀਂ ਉਲਟਾ ਕਰਦੇ ਹੋ, ਇਹ ਟਰੈਕਟਰ ਆਟੋਮੈਟਿਕ ਉੱਚਾ ਹੋ ਜਾਏਗਾ। ਉਹਨਾਂ ਨਾਲ ਕੀ ਹੈ, ਜਿਹੜੇ ਕਾਟਨ ਦੇ ਕਾਸ਼ਤਕਾਰ ਨੇ 200-300 ਕਿੱਲਾ ਕਾਟਨ ਲਾਉਂਦੇ ਨੇ, ਉਹਨਾਂ ਵਾਸਤੇ ਇਹ ਸੂਟੇਬਲ ਇੱਕ ਫੀਚਰ ਹੈ ਅਲਗਾਜ਼ੀ ਦਾ। ਉਹਨੂੰ ਵਨ ਟਾਈਮ ਉੱਚਾ ਕਰਨ, ਉਹਨੇ ਬਸ ਸਪਰੇਅ ਨਾਲ ਕਰਨ, ਇਹਨਾਂ ਸਪਰੇਅ ਬਹੁਤ ਅੱਛੀ ਹੁੰਦੀ ਹੈ, ਡੈਮੇਜ ਨਹੀਂ ਹੁੰਦੇ ਟਿੰਡੇ, ਫੁੱਲ ਗੁੱਡੀ ਡੈਮੇਜ ਨਹੀਂ ਹੁੰਦੀ, ਟਹਿਣੀਆਂ ਡੈਮੇਜ ਨਹੀਂ ਹੁੰਦੀਆਂ। ਸ਼ੂਗਰ ਕੇਨ ਵਾਲੇ ਵੀ ਕਰ ਸਕਦੇ ਨੇ, ਤੁਹਾਡਾ ਏਰੀਆ ਪੋਟੈਟੋ ਦਾ ਹੈ, ਤੁਸੀਂ ਪੋਟੈਟੋ ਵਾਲੇ ਵੀ ਕਰ ਸਕਦੇ ਹੋ ਨਾਲ ਸਪਰੇਅ, ਇਹ ਬਹੁਤ ਅੱਛਾ ਫੀਚਰ ਹੈ। ਅੱਛਾ, ਇਹ ਮੈਨੂੰ ਦੱਸੋ ਸਾਡੇ ਕਿਸਾਨ ਵੀਰ ਭਰਾਵਾਂ ਵਾਸਤੇ, ਕੰਪਨੀ ਜਦੋਂ ਕੋਈ ਵੀ ਡੀਲਰ ਹੈ ਕਿਸੇ ਕੰਪਨੀ ਦਾ ਵੀ ਹੈ, ਆਪਣੇ ਜਿਹੜਾ ਗਾਜ਼ੀ ਕੰਪਨੀ ਦੇ ਜਿਹੜੇ ਮੇਨ ਡੀਲਰ ਹੈਗੇ ਨੇ, ਉਹਦਾ ਨਾ ਖਾਸਤਾ ਕੋਈ ਕਲੇਮ ਆ ਜਾਂਦਾ ਜਾਂ ਮਸਲਾ ਆ ਜਾਂਦਾ, ਤੇ ਉਹਦੇ ਵਾਸਤੇ ਮੇਨ ਡੀਲਰ ਅਗਰ ਤਾਮਨ ਨਾ ਕਰਨ ਤੇ ਕੰਪਨੀ ਦੇ ਕਿਸ ਨੰਬਰ ਤੇ ਰਾਬਤਾ ਕੀਤਾ ਜਾ ਸਕਦਾ ਹੈ? ਸਰ ਇਹ ਸਾਹਮਣੇ ਲਿਖਿਆ ਵਾ ਤੁਹਾਡੇ ਆ ਪੁਕਾਰ, ਆ ਵੇਖੋ ਤੁਸੀਂ ਫੋਕਸ ਕਰੋ, ਆ ਨੰਬਰ ਲਿਖਿਆ ਵਾਗਾ, ਤੁਹਾਨੂੰ ਕੋਈ ਵੀ ਕਲੇਮ ਨਹੀਂ ਦੇ ਰਿਹਾ ਡੀਲਰ, ਤੁਸੀਂ ਇਸ ਨੰਬਰ ਤੇ ਰਾਬਤਾ ਕਰੋ, ਇਹ ਕੰਪਨੀ ਨੰਬਰ ਨੇ, ਤੁਹਾਨੂੰ ਰਿਸਪਾਂਸ ਮਿਲੇਗਾ, ਤੁਹਾਡਾ ਕਲੇਮ ਹੋ ਜਾਏਗਾ ਅਗਰ ਤੁਹਾਡਾ ਕਲੇਮ ਜੈਨੂਅਨ ਹੈ। ਤੇ ਦੋਸਤੋ, ਜਿੰਨੇ ਵੀ ਕਿਸਾਨ ਵੀਰ ਭਰਾ ਹੈਗੇ ਨੇ, ਜਿਸ ਤਰੀਕੇ ਕੰਪਨੀ ਕਹਿੰਦੀ ਹੈ ਕਿ ਸਾਡੇ ਟਰੈਕਟਰ ਨੂੰ ਇਹ ਅਹਤਿਆਤੀ ਤਦਾਬੀਰ ਹੈਗੀਆਂ ਨੇ, ਇਹ ਅਖਤਿਆਰ ਕਰੋ, ਜੇ ਅਗਰ ਤੁਸੀਂ ਆਪਣੀ ਮਨ ਮਰਜ਼ੀ ਕਰੋਗੇ ਤੇ ਖੁਦਾ ਨਾ ਖਾਸਤਾ ਕੋਈ ਕਲੇਮ ਆਉਂਦਾ ਤਾਂ ਫਿਰ ਕੰਪਨੀ ਇਸ ਦੀ ਵੀ ਜ਼ਿੰਮੇਵਾਰ ਨਹੀਂ ਹੈਗੀ, ਜੈਨੂਅਨ ਅਗਰ ਕਲੇਮ ਕੋਈ ਹੋਵੇਗਾ ਤੇ ਕੰਪਨੀ ਉਹਨੂੰ ਇਨਸ਼ਾਅੱਲਾ ਤਾਲਾ ਹੱਲ ਕਰਕੇ ਦੇਵੇਗੀ। ਤੇ ਅਕਰਮ ਬਾਈ, ਬਹੁਤ ਮਿਹਰਬਾਨੀ, ਅਲਗਾਜ਼ੀ ਦੀ ਤੁਸੀਂ ਇਨਫੋਰਮੇਸ਼ਨ ਦਿੱਤੀ। ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।